रहीम शुरू अल्लाह के नाम से जो बड़ा मेहरबान नहायत रहम वाला है असल वीवरक कैसे हो ठीक हो मैं भी ठीक हूँ और मैं उम्मीद करता हूँ कि आप लोग भी अल्लाह के फजल करम से ठीक होंगे तो प्राओ दोस्तों आओ आज मैं तो सबको दी मशहूर माल मंडी दी सैर करा ला तो ये सुबह सुबह का टाइम है ਏ ਦੇਖੋ ਕਿਸੇ ਸੁਣਾ ਲੂ ਕਟਣ ਜਿਹੜੇ ਮਾਸ਼ਾਅੱਲਾ ਮਿਹਨਤ ਕੀਤੀ ਹੈ ਸੋਬਾ ਸੋਬਾ ਤਕਰੀਬਨ 8:30 ਵਜੇ ਦਾ ਟਾਈਮ ਹੈ ਜਿਹੜੀ ਤੇ ਇਹ ਆਲੂਆਂ ਦੇ ਬੋਰੀ ਵੀ ਪੈਕ ਕਰਕੇ ਦੇਣ ਤੇ ਅਗਾ ਜਿਹੜੀ ਹੈ ਤੁਸੀਂ ਦੇਖੋ ਜਿਹੜੀ ਹੈ ਮੰਡੀ ਤੇ ਵੀ ਮਾਹੌਲ ਤੋਂ ਦੱਸਦਾ ਇਹ ਲੋਕ ਮੰਡੀ ਕੋ ਜੁਲ ਰਹੇ ਸੋਬਾ ਸੋਬਾ ਟਾਈਮ ਇਹ ਦੇਖੋ ਆਲੂਆਂ ਦੇ ਬੋਰੇ ਨਾਲੂ ਕਟਣ ਵਿੱਚੋਂ ਕਿਹ ਕਾਲੂ ਵੀ ਚੈੱਕ ਕਰਾਲਦਾ ਇਹ ਇੱਕ ਖਰਾਬ ਵਾਲੂ ਸੈੱਟ ਤੇ ਪੈਦਾਸਾ ਲੇਕਿਨ ਮੈਂ ਚਲੋ ਦੇ ਇਹ ਆਲੂਨ ਬਾਕੀ ਜਿਹੜੇ ਸਹੀ ਆਲੂਨ ਹੋ ਤਾਂ ਬੋਰੀਆਂ ਦੇ ਵਿੱਚ ਪੈਕ ਏ ਤੇ ਚਲੋ ਜੁਲਦੇ ਆ ਘੰਦੇ ਦੇਖਦੇ ਆ ਜਿਹੜੇ ਮੰਡੀ ਦੇ ਹਾਲਾਤ ਦੇਖਦੇ ਆ ਜਿਹੜੇ ਕਿ ਮੰਡੀ ਜਿਹੜੀ ਕਿ ਆ ਮਾਸ਼ਾਅੱਲਾ ਮਾਸ਼ਾਅੱਲਾ ਜਿਹੜੇ ਮੰਡੀ ਵਿੱਚ ਆਏ ਨੇ ਭਾਈ ਮਾਲ ਆ ਰੇ ਮਾਲ ਆ ਰੇ ਲੋਕ ਆ ਰੇ ਸਮਾਨ ਕਹਿਣ ਕੇ ਆ ਰੇ ਇਹ ਮੰਡੀ ਦੀ ਜਿਹੜੀ ਹੈ ਸਵੇਰੇ 8:30 ਵਜੇ ਦੀ ਲੋਕੇਸ਼ਨ ਹੈ ਤੇ ਤੁਸੀਂ ਮੌਸਮ ਦੇਖ ਹਕਤੇ ਜਿਹੜੇ ਕਿ ਬੱਦਲ ਬਣੇ ਨੇ ਸਰਦੀ ਹੈ ਜ਼ਿਆਦਾ ਤੇ ਚਲੋ ਮੰਡੀ ਦੇ ਵਿੱਚ ਆਖਾਂ ਵੜਦੇ ਆਂ ਕਾ ਵੀ ਦੇਖਦੇ ਆਂ ਮੰਡੀ ਵਿੱਚ ਜਿਹੜੇ ਕੇ ਕੋ ਜਾਇਦੇ ਕੇ ਕੋਈ ਨਹੀਂ ਆਇਦੇ ਇੱਥੇ ਤੇ ਜਿਹੜੇ ਆਏ ਦਿਨ ਖੋਤੇ ਇਥੇ ਦੇ ਖੋਤੇ ਆਏ ਦੇ ਨੇੜੇ ਦਾ ਚਲੋ ਖੋਤੇਆਂ ਤੋਂ ਅਗਾਂ ਮ ਜਿਹੜੇ ਦੇਖਦੇ ਆ ਕਿ ਕਿੜੀ ਕਿੜੀ ਏੜੇ 'ਤੇ ਜਾਨਵਰ ਕਿਹੜੇ ਕਿੜੇ 'ਤੇ ਜਿਹੜੀਆਂ ਚੀਜ਼ਾਂ ਆਈਦੀਆਂ ਤੇ ਇਹ ਤੁਸੋਂ ਕੋ ਮੰਡੀ ਦੇ ਜਨਾਬ ਜਿਹੜੀ ਐ ਮੈਂ ਸ਼ੁਰੂਆਤ ਕਰਦਾ ਜਿਹੜੇ ਮੰਡੀ ਦੇ ਇਸ ਕੋਨੇ ਤੋਂ ਇਹ ਜਿਹੜੀਆਂ ਲੋਗਾਂ ਦੀਆਂ ਗੱਡੀਆਂ ਰਾਤਾਂ ਨਹੀਂ ਖਲਤੀਆਂ ਜਿਹੜੀਆਂ ਤਾਂ ਹੁਣ ਲਾ ਤੱਕ ਸੁੱਤੇ ਦਿਨ ਲਾਉਂ ਨਹੀਂ ਕਹਿੰਦੇ 9 ਵਜੇ ਤੋਂ ਬਾਅਦ ਹੀ ਉੱਠਸਣ ਤੇ ਇਹ ਬਾਕੀ ਮੰਡੀ ਜਿਹੜੇ ਇੱਥੇ ਸ਼ੁਰੂ ਹੁੰਦੀ ਐ ਤਾਂ ਚਲੋ ਚਲਦੇ ਆਂ ਅਗਾਂ ਮੰਡੀ ਦੇ ਅਖਦਿਆਂ ਇਹ ਦਾਂ ਤੇ ਬੱਚੇ ਇਹ ਤਾਂ ਤੇ ਬੱਚੇ ਆਂਦੇ ਨੇ ਜਿਹੜੇ ਹੁਣੀ ਗੱਡੀ ਕੋਲੋਂ ਲਾੜੇ ਨੇ ਜਿਹੜੇ ਸਰਦੀ ਤੇ ਪੇਡਾਂ ਆਵਾ ਜੀ ਪੇਡਾਂ ਜੁੜੀ ਦੀਆਂ ਖਲਤੀਆਂ ਕੀ ਕੀ ਸਰਦੀ ਹੈ ਨਾ ਅੱਜ ਮੌਸਮ ਵੀ ਜਿਹੜਾ ਠੰਡਾ ਹੈ ਮੌਸਮ ਵੀ ਜਿਹੜਾ ਜੀ ਬੱਦਲ ਬਣੇ ਮਾਸ਼ੱਲਾ ਮਾਸ਼ੱਲਾ ਸੋਹਣੀਆਂ ਸੋਹਣੀਆਂ ਬੱਕਰੀਆਂ ਕੂਲੀਆਂ ਮਕੂਲੀਆਂ ਸੋਹਣੀਆਂ ਚਿੱਟੀਆਂ ਬੱਕਰੀਆਂ ਤੇ ਨਿੱਕੇ ਚੂਚੀ ਮੂਛੇ ਜਿਹੜੇ ਨਾਲ ਉਹਨਾਂ ਦੇ ਜਾਨੜੇ ਬੱਕਰੀ ਦੇ ਬੱਚੇ ਸਰਦੀ ਦੇ ਨਾਲ ਦੇਖੋ ਬਚਾਰਿਆਂ ਦਾ ਖਿਆਲ ਹੈ ਜਿਹੜੀ ਇਹ ਵਿਚਾਰੇ ਜਿਹੜੇ ਠਾ ਠਾਰ ਕੇ ਜਿਹੜੇ ਆਉਣ ਜ਼ਰਾ ਤੋਪ ਨਿਕਲੇ ਜਿਹੜੇ ਤਾਂ ਇਹ ਫਿਰ ਆਕੜ ਆਕੜ ਕੇ ਫਿਰਦੇ ਨੇ ਲੇਕਿਨ ਬਸ ਇਸ ਟੈਂ ਸਰਦੀ ਇਹ ਤੇ ਬکریاں ਆਪਣਾ ਕਾ ਖਾਣੀ ਪੱਠੇ ਖਾਣੀ ਤੇ اسی ਤਰ੍ਹਾਂ ਜਿਹੜਾ ਤੁਹਾਨੂੰ ਅਗਲੀ ਵੀ ਦੱਸਦੇ ਇਹ ਵੀ ਬکریاں ਦਾ ਝੋਟੇ ਇਹ ਬੱਚੇ ਬੱਚੇ ਤੇ ਬੱਕਰੀ ਦਾ ਛੋਟਾ ਜਾਨਵਰ ਬੱਚੇ ਕੋ ਕਿਸ ਤਰ੍ਹਾਂ ਕੂਰ ਕੂਰ ਕੇ ਦੇਖ ਰਹੇ ਹੈ ਜਿਹੜੇ ਕਿਉਂ ਸਰਦੀ ਹੈ ਨਾ ਗੋਸਾਸ ਕੋ ਵੀ ਆਂਦੇ ਉਹ ਆਦੇ ਮੇ ਬਦਿਆ ਮੈਥਮੈਂਟਿਕ ਕੋ ਆਏ ਧੋਖੀ ਆਏ ਇਹ ਇਹ ਜਨਾਬ ਜਿਹੜੀ ਉਹ ਗੱਡੀਆਂ ਜਿਹਨਾਂ 'ਤੇ ਬਛੜੇ ਬੱਕਰੀਆਂ ਭੇਡਾਂ ਬੰਦੇ ਜਿਹੜੇ ਲੋਟ ਕਰਕੇ ਆਣ ਨੇ ਇਹਦੇ ਹੋਲੀ ਹੌਣ ਸਮਾਨ ਆ ਰਹੇ ਕੋਈ ਹੌਣ ਬੰਦੇ ਮੰਡੀ ਕੋ ਦਾਖਲ ਹੋ ਰਹੇ ਹੌਣ ਆ ਰਹੇ ਨੇ ਇਹ ਵੀ ਜਿਹੜੇ ਪੇਟਾਂ ਦਾ ਜੋੜ ਤੇ ਜਿਹੜੇ ਇਕੱਠਾ ਹੋਏ ਹਰ ਬੰਦੇ ਜਿਹੜੀ ਆਪਣੀ ਆਪਣੀ ਜਿਹੜੀ ਚੀਜ਼ ਕੋਈ ਨਾ ਕੋਈ ਚੀਜ਼ ਕਹਿੰਨੇ ਕਿ ਆਂਦੇ ਮੰਡੀ ਦੇ ਵਿੱਚ ਕੋਈ ਵੇਚਤੇ ਕੋਈ ਖਰੀਦਤੇ بس دنیا ਦਾ کاروبار ਹੈ ਜਿਹੜਾ ਲਗਾ ਰਹਿੰਦਾ ਜਿਹੜੀ ਹੈ بس ਸਾਰ ਬੰਦੇ ਪਾਟਾ ਕਮਾਣੋਂਦੇ ਜਿਹੜੀ ਹੈ ਵੇਚਣ ਵਾਲੀ ਵੀ ਜਿਹੜੀ ਹੈ ਤੇ ਕੰਨਣ ਵਾਲੀ ਵੀ ਐ ਉਹ ਸੜੇ ਜਿੱਦੋਂ ਸੂਰਜ ਚੜ੍ਹਦੇ ਮਸ਼ਰਕ alley ਸੜੇਦਰ ਲੁਕੇਸ਼ਨ ਸਾਫ ਨਹੀਂ ਆਂਦੀ ਤੇ ਚਲੋ ਜਰਾ ਮੰਡੀ ਦਾ ਅਗਲਾ ਰੁਖ ਦੇਖਦੇ ਆਂ ਅਗਲੀ ਚੀਜ਼ ਦੇਖਦੇ ਆਂ ਮੰਡੀ ਵੀ ਕੇਕ ਹੋ ਜਾਏ ਦੇ ਹਰ ਬੰਦੇ ਆਪਣੀ ਕੋਈ ਨਾ ਕੋਈ ਚੀਜ਼ ਆਥਾ ਵੀ ਪਕੜੀਏ ਬੱਕਰੀਏ ਕਸਰ ਰੇੜੀ ਪਕੜੀਏ ਕਸ ਬੱਕਰੀ ਪਕੜੀਏ ਕਸ ਮਾਂਝ ਪਕੜੀਏ ਕਸਾ ਖੋਤਾ ਪਕੜੇ ਹੈ सुबह सुबह बड़ी सर्दी भी है बड़ी ठंड यकीन करो बड़ी ज्यादा ठंड है जी अचानक को जो ना कैमरे तो बड़े गोर नाल बड़े गुस्से नाल बंदे देखते हैं, ओ अला बंदि हो अला बंदे हो आसा मानसर है इस मानसर को असं देखें इससे मानसर को कम अस कम बारे लोग भी देखे मजा देखो जी बिरयानी बिरयानी ने देना यठान साब सुन बिरया कलेजी लाइए कलेजी भुन रहे ਇਹ ਲੰਡਾ ਵੀ ਲੱਗੇ ਆਗਾ ਇਹ ਪਠਾਨ ਸਾਹਿਬ ਸਨ ਬਰੀਆਨੀ ਦਾ ਦਾਅਵਾ ਕਰ ਰਹੇ ਆਗੇ ਦੂਸਰਾ ਪਠਾਨ ਜਿਹੜਾ ਮਸ਼ਹੂਰ ਪਠਾਨ ਖਾਨ ਬਾਬਾ ਖਾਨ ਬਾਬੀ ਦੀ ਮਸ਼ਹੂਰ ਬਰੀਆਨੀ ਉਹ ਵੀ ਤੁਸਾਂ ਨੂੰ ਦੱਸਦਾ ਇਹ ਆ ਗਿਆ ਸਨ ਖਾਨ ਬਾਬੀ ਨਹੀਂ ਇਹ ਬੈਠੇਨ ਖਾਨ ਬਾਬੀ ਨਹੀਂ ਬੜੇ ਮਸ਼ਹੂਰ ਬੜੇ ਪੁਰਾਣੇ ਜਿਹੜੀ ਇੱਥੇ ਜਿਹੜੇ ਬਰੀਆਨੀ ਦਾ ਕੰਮ ਕਰਦੇ ਨੇ ਬਰੀਆਨੀ ਬੜੀ ਲذیਜ਼ਾ ਬਰੀਆਨੀ ਨਾਲ ਦੇ ਕੋਲ ਹੁੰਦੀ ਹੈ ਬਾਕੀ ਵੀ ਜਿਹੜੇ ਕਿਲੇਜੀਆਂ ਛਲੇਜੀਆਂ ਬੜੇ ਬੰਦੇ ਪੁੰਨੇ ਨੇ ਜਿਹੜੇ ਚਾਹਾਂ ਵੇਚਦੇ ਆਰ ਚੀਜ਼ੇ ਥੋੜ ਜਿਹੜੀ ਮੰਡੀ ਵੀ ਲੱਗਦੀ ਹੈ ਸਸਤੀ ਲੱਗਦੀ ਹੈ ਇਹ ਲੰਡਾ ਆ ਗਿਆ ਲੰਡੇ ਦੇ ਬੂਟ ਸਸਤੇ ਤੋਂ ਸਸਤੇ ਬੂਟੇ ਤੁਲਬਦੇ ਨੇ ਜਿਹੜੇ ਇਹ ਅਰਮਾਨੀ ਅਕੀਮੀ ਅਕੀਮੀ ਕਵਾ ਅਕੀਮੀ ਕਵਾ ਪਲੰਦੇ ਲੋਕਾਂ ਕੋ ਤੇ ਇਹ ਜਨਾਬ ਆ ਗਏ ਬੂਟ ਤੇ ਆ ਗਏ ਲੰਡੇ ਲੰਡੇ ਉਹ ਲੰਡੇ ਜਿਹੜੇ ਦਰਵਾਜ਼ਿਆਂ ਦੇ ਛਾੜੇ ਖਿੜਕੀਆਂ ਦੇ ਛਾੜੇ ਡਬਲ ਬੈਡਾਂ ਦੇ ਛਾੜੇ ਹਰ ਕਿਸਮ ਦੇ ਜਿਹੜੇ ਚੀਜ਼ੇ ਤੁਲਦੀਏ ਇੱਕ ਕੋਟ ਆ ਗਏ ਜਿਹੜੇ ਇਹ ਕੋਟ ਜਿਹੜੀ ਹੈ ਗਰਮ ਕੋਟ ਜਿਹੜੀ ਹੈ ਜਨਾਬ ਸਸਤੇ ਤੋਂ ਸਸਤੇ ਗਰਮ ਕੋਟ ਜਿਹੜੀ ਹੈ ਮਾਨਸੇਰਾ ਮਾਲ ਮੰਡੀ ਦੇ ਵਿੱਚ ਸਸਤੇ ਤੋਂ ਸਸਤੇ ਜਿਹੜੀ ਚੀਜ਼ ਮਿਲਦੀ ਆਰ ਚੀਜ਼ ਸਸਤੀ ਮਿਲਦੀ ਹੈ ਇਹ ਬਾਕੀ ਰੰਗ ਬਰੰਗੇ ਸਮਾਨ ਨੇ ਜਿਹੜੀ ਹੈ ਕੋਈ ਖਾਣੇ ਕੋਈ ਫਰੂਟ ਐਨ ਕੋਈ ਸਬਜ਼ੀ ਉਹ ਵੀ ਮੈਂ ਤੁਹਾਨੂੰ ਕਾਗੋ ਦਸਤਾ ਜਿਹੜਾ ਨਾਲ ਨਾਲ ਜੁਲ ਕੇ ਦਸਤਾ ਜਿਹੜੀ ਹੈ ਦੇਖੋ ਹੁਣ ਅਗੋ ਪ੍ਰੋਗਰਾਮ ਹੋਸੀ ਸਬਜ਼ੀ ਵਗੈਰਾ ਇਹ ਅਗੇ ਮੈਂ ਸਬਜ਼ੀ ਵਾਲੀ ਸੈੱਟ ਦੇ ਸਬਜ਼ੀ ਵੀ ਇੱਥੇ ਬੜੀ ਸਸਤੀ ਸਬਜ਼ੀ ਮਿਲਦੀ ਏ ਇਹ ਮਾਲਟੇ ਰੱਖੇ ਦੇ ਗੱਡੀ ਦੇ ਵਿੱਚ ਇਹ ਟਮਾਟਰ ਨਾਲ ਸਬਜ਼ੀਆਂ ਇਹ ਮਾਲਟੇਨ ਇਹ ਅਗੇ ਸਬਜ਼ੀਆਂ ਪਈਆਂ ਆਲੂ ਪੈਣ ਟਮਾਟਰ ਪੈਣ ਗੋਭੀ ਪਈਏ ਮਟਰ ਪੈਣ ਜਿਹੜੇ ਜਿਹੜੇ ਮੌਸਮੀ ਲਿਆਜ਼ ਨਾਲ ਜਿਹੜੀ ਸਬਜ਼ੀ ਹੁੰਦੀ ਹੈ আর ایک ਸਬਜ਼ੀ ਜਿਹੜੀ ਪਈਦੀ ਨਿੰਬੂ ਕੇਲੇ ਥੋਮ ਕੇ ਟਮਾਟਰ ਕੇ আর ਚੀਜ਼ ਮਾਸ਼ਾਅੱਲਾ ਟਮਾਟਰ ਪਹਿਲੇ 200 ਰੁਪਏ ਕਿਲੋ ਅਸੇ ਤੇ ਸਸਤੇ ਹੋ ਗਏ ਨੇੜੇ तकरीबन ਹੁਣ ਇਹ ਹੀ ਸਮਝੋੜੇ ਤੱਕ तकरीबन ਕੋਈ 70-80 ਰੁਪਏ ਦੇ ਕਿਲੋ तकरीबन ਮਿਲਦੇ ਨੇ ਟਮਾਟਰ ਔਰ ਆਲੂ 60 ਰੁਪਏ ਕਿਲੋ ਇਹ ਵੀ 90 ਰੁਪਏ ਤੇ ਆਲੂ ਗਏ ਸੀ 100 ਰੁਪਏ ਤੇ ਲੇਕਿਨ ਹੁਣ 60 ਰੁਪਏ ਤੇ ਆ ਗਏ ਆਲੂ 60 ਰੁਪਏ ਕਿਲੋ ਔਰ ਟਮਾਟਰ ਵੀ 70 80 ਰੁਪਏ ਦੇ ਤਕਰੀਬਨ ਕਿਲੋ ਲਵ ਜੁਲ ਦਿਨ ਤੇ ਜ਼ਿਆਦਾਤਰ ਦੁਕਾਨਦਾਰ ਜਿਹੜੀ ਹੈ 100 ਰੁਪਏ ਵਸੂਲ ਕਰਦੇ ਨੇ 1 ਕਿਲੋ ਦਾ ਜਦਕਿ ਟਮਾਟਰ ਤਕਰੀਬਨ ਕੋਈ 70 ਰੁਪਏ ਜਾਂ 80 ਰੁਪਏ ਦੇ ਲਗਭਗ ਜਿਹੜੇ ਮੰਡੀ ਵੀ ਵਿਕਰੇ ਤੇ ਹਰ ਬੰਦੇ ਆਪਣੇ 10 20 ਰੁਪਏ ਕਮਾਉਣ ਵਾਸਤੇ ਬੈਠੇ ਤੇ ਜਿਹੜੇ ਦੇ ਐ ਮੰਡੀ ਦੇ ਸੰਗ ਮੈਂ ਸਭੀ ਸ਼ਬਜ਼ੀ ਵੀ ਦਸੀ ਇਹ ਹੁਣ ਮੈਂ ਜਿਹੜੀ ਐਂਡ ਤੇ ਆ ਗਏ ਦੂਸਰੀ ਐਂਡ ਤੇ ਰੋਡ ਵਾਲੀ ਸੈਟ ਤੇ ਤੋਂਣ ਮੈਂ ਤੁਸੋਂ ਇੱਕ ਰਿਕੁਐਸਟ ਕਰ ਰਖਤਾ ਜਿਹੜੀ ਕਿ ਅਗਰੇ ਵੀਡੀਓ ਤੋਂ ਕੱਚ ਦੀ ਵੀਡੀਓ ਅੱਛੀ ਲਗੇ ਵੀਡੀਓ ਤੁਸੋਂ ਕੋ ਪਸੰਦ ਆਵੇ ਤਾਂ ਪਲੀਜ਼ ਇਸ ਵੀਡੀਓ ਕੋ ਲਾਈਕ ਕਰੋ ਤੇ ਇਸ ਕੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ और घंटी के बटन को आल दो ज़रूर प्रेस करो ताकि असनी जड़ी भी नवी वीडियो बन पीछे दोबारा जी वीडियो आवे तो नोटिफिकेशन बर वक्त तो को पहले पहुँचे लेकिन घंटी की बटन को ज़रूर तुस तो आलोते दबाने तो ओण में वीडियो की बीथ ही करता है तमाम अगर अज की वीडियो अच्छी लगे तो प्लीज़ वीडियो को लाइक करो चैनल को सब्सक्राइब करो और घंटी के बटन को आल तो प्रेस करो अल्लाह हाफिज़ अल्लाह नगबान